ਦਰਸ਼ਕੋ, ਇਹ ਤੁਸੀਂ ਬੋਨਸਾਈ ਪਲਾਂਟਸ ਦੇਖ ਰਹੇ ਹੋ। ਆਹ ਵਾਲਾ ਪਲਾਂਟ ਜਿਹੜਾ ਦੇਖ ਰਹੇ ਹੋ, ਇਹ ਘੱਟੋ ਘੱਟ 25 ਸਾਲ ਪੁਰਾਣਾ ਹੈਗਾ। ਇਹਨਾਂ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਪ੍ਰੋਫੈਸਰ ਜਗਤਾਰ ਸਿੰਘ ਜੀ, ਜੋ ਕਿ ਇਹਦੇ ਸਪੈਸ਼ਲਿਸਟ ਨੇ। ਪੈਸਾ ਵੀ ਬੋਨਸਾਈ ਪਲਾਂਟਸ ਹੁੰਦੇ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ। ਸਰ, ਬੇਸਿਕਲੀ ਜਿਹੜਾ ਬੋਨਸਾਈ ਦਾ ਕੰਸੈਪਟ ਹੈ, ਉਹ ਹੈ ਪੌਦਾ ਸ਼ੈਲੋ ਟ੍ਰੇ ਦੇ ਵਿੱਚ। ਬੋਨਸਾਈ ਮਤਲਬ ਪਲਾਂਟ ਇਨ ਸ਼ੈਲੋ ਟ੍ਰੇ। ਹਾਂਜੀ, ਜਿਹੜੇ ਪੌਦਿਆਂ ਨੂੰ ਅਸੀਂ ਸ਼ੈਲੋ ਟ੍ਰੇ 'ਚ ਲਗਾਇਆ ਉਹਨੂੰ ਬੋਨਸਾਈ ਕਿਹਾ ਗਿਆ। ਮੇਨਲੀ ਇਹ ਜਿਹੜਾ ਆਰਟ ਸੀਗਾ ਉਹ ਜੈਪਨੀਜ਼ ਦਾ ਸੀ ਅਤੇ ਚਾਈਨੀਜ਼ ਨੇ ਇਹਨੂੰ ਫੇਮਸ ਕੀਤਾ। ਹੁਣ ਹਾਲਤ ਇਹ ਹੈ ਕਿ ਇਹ ਆਲਮੋਸਟ ਹਰ ਜੈਪਨੀਜ਼, ਹਰ ਚਾਈਨੀਜ਼ ਦੇ ਘਰ ਸਾਨੂੰ ਇਹ ਪੌਦੇ ਮਿਲਦੇ ਨੇ। ਉਹਨੂੰ ਲੱਕੀ ਸਮਝਦੇ ਨੇ, ਆਪਣੇ ਘਰ ਦੇ ਬਾਹਰ ਇਹ ਪੌਦੇ ਲਗਾਉਂਦੇ ਨੇ। ਸੋ ਆਪਣੇ ਇੰਡੀਆ 'ਚ ਵੀ ਇਹਦਾ ਟ੍ਰੈਂਡ ਜਿਹੜਾ ਆ ਉਹ ਕਾਫੀ ਵੱਧ ਰਿਹਾ। ਆਹ ਜਿਹੜਾ ਪਲਾਂਟ ਤੁਸੀਂ ਦੱਸ ਰਹੇ, ਤੁਹਾਡੇ ਫਾਦਰ ਸਾਹਿਬ ਨੇ ਲਗਾਏ, ਇਹਦੇ ਬਾਰੇ ਜ਼ਰੂਰ ਦੱਸੋ। ਹਾਂਜੀ ਸਰ, ਇਹ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ। ਬੋਰਡ ਦਾ ਪੌਦਾ ਹੈ, ਬੋਰਡ ਦਾ ਇਹ ਇੱਕ ਕੰਧ 'ਚ ਲੱਗਿਆ ਹੋਇਆ ਉਹਨਾਂ ਨੂੰ ਮਿਲਿਆ ਸੀਗਾ। ਅੱਛਾ, ਤੇ ਉਹਨੂੰ ਪੱਟ ਕੇ ਸਿੱਟਣ ਲੱਗੇ ਸੀ। ਅੱਛਾ, ਸੋ ਫਾਦਰ ਸਾਹਿਬ ਨੇ ਕਿਹਾ ਕਿ ਇਹ ਪੌਦਾ ਮੈਨੂੰ ਦੇ ਦਿਓ, ਮੈਂ ਆਪਣੇ ਘਰ ਲਾਊਂਗਾ। ਇਹਦੀ ਕਿੰਨੀ ਕੁ ਏਜ ਹੈਗੀ ਹੈ? ਸਰ, ਇਹ ਆਲਮੋਸਟ 25 ਸਾਲ ਪੁਰਾਣਾ ਜੀ। ਸੋ ਇਹਦਾ ਜਿਹੜਾ ਤਣਾ ਹੈ ਜਾਂ ਰੂਟਸ ਹੈ ਉਹ ਸਾਨੂੰ ਦੱਸਦੇ ਇਹਦੀ ਉਮਰ। ਅਗਲਾ ਇਹ ਵੀ ਇਹੋ ਹੀ ਹੈ। ਇਹ ਸਰ 5 ਸਾਲ ਉਹ ਤੋਂ ਮਤਲਬ ਘੱਟ ਪੁਰਾਣਾ ਹੈ, 20 ਸਾਲ ਪੁਰਾਣਾ ਹੈ। ਇਹਦੀਆਂ ਜੜ੍ਹਾਂ ਅਤੇ ਆਹ ਤਣਾ ਇਹਦੀ ਉਮਰ ਦੱਸਦੇ ਨੇ। ਸੋ ਇਹ ਲੁੱਕ ਜਿਹੜੀ ਹੈ ਉਹ ਅਲੱਗ ਅਲੱਗ ਇਹਦੇ ਵਿੱਚ ਹੈ। ਜਿਵੇਂ ਹੁਣ ਇਹ ਇੱਕ ਲੁੱਕ ਦੇ ਰਿਹਾ ਕਿ ਇੱਕ ਦਰਖਤ ਗਿਰ ਗਿਆ, ਉਹਦੇ ਵਿੱਚੋਂ ਟਾਹਣੀਆਂ ਨਿਕਲੀਆਂ ਨੇ। ਅਗਲਾ ਸਰ, ਇਹ 5 ਸਾਲ ਪੁਰਾਣਾ ਹੈ, ਨਾਰੰਗੀ ਦਾ ਬੂਟਾ ਹੈ। ਸੋ ਇਹਨੂੰ ਕਟਿੰਗ ਕਰਕੇ ਇੱਕ ਟ੍ਰੀ ਦੀ ਲੁੱਕ ਦਿੰਦੇ ਆ, ਸ਼ੈਲੋ ਟ੍ਰੇ ਹੈ। ਆਹ ਜਿਹੜੇ ਛੋਟੇ ਆ ਸਰ, ਇਹਦੀ ਖਾਸ ਗੱਲ ਇਹ ਹੈ ਕਿ ਮੇਰੀ 2.5 ਸਾਲ ਦੀ ਬੇਟੀ ਨੇ ਬਣਾਉਣਾ ਸ਼ੁਰੂ ਕੀਤਾ ਹੈ। ਕੀ ਬਾਤ ਹੈ! ਸੋ ਪੌਦਾ ਵੀ ਉਹਨੇ ਲਗਾਇਆ, ਕਟਿੰਗ ਵੀ ਉਹਦੀ ਇਹਨੇ ਕੀਤੀ ਹੈ। ਵਾਹ ਵਾਹ, ਚਲੋ ਬਹੁਤ ਅੱਛਾ। ਇਹ ਤਾਂ ਤੁਸੀਂ ਹੈ ਨਾ ਕੈਚਦਮ ਜੱਗ ਵਾਲੀ ਗੱਲ ਕਰ ਲਈ ਹੈਗੀ ਹੈ ਨਾ। ਸੋ ਇਹ ਸਰ ਜੈਡ ਪਲਾਂਟ ਦਾ ਬੋਨਸਾਈ ਹੈ। ਇਹਨੂੰ ਹੁਣ ਅਸੀਂ ਜਿਹੜਾ ਹੈਗਾ ਟ੍ਰੀ ਦੀ ਇੱਕ ਲੁੱਕ ਦੇ ਰਹੇ ਹਾਂ। ਇਹ ਸਭ ਤੋਂ ਸੌਖਾ ਹੈ ਬਣਾਉਣਾ। ਅਗਰ ਕੋਈ ਸ਼ੁਰੂ ਕਰਨਾ ਚਾਹੁੰਦਾ ਤਾਂ ਇਸ ਪੌਦੇ ਤੋਂ ਸ਼ੁਰੂ ਕਰ ਸਕਦਾ, ਕਿਉਂਕਿ ਮਾਰਕੀਟ ਦੇ ਵਿੱਚ 30 ਰੁਪਏ ਦਾ ਪੌਦਾ ਮਿਲ ਜਾਂਦਾ। ਬਸ ਪੌਦਾ ਤੁਸੀਂ ਚੱਕਦੇ ਆ, ਦੇਖਣਾ ਕਿ ਜੇ ਮੈਂ ਕਟਿੰਗ ਕਰਕੇ ਇਹਨੂੰ ਦਰਖਤ ਦੀ ਲੁੱਕ ਦੇ ਸਕਦਾ। ਇੱਕ ਇਮੈਜੀਨੇਸ਼ਨ ਹੈ ਕਿੱਦਾਂ ਕਟਿੰਗ ਕਰਕੇ ਕਿੱਦਾਂ ਉਹਨੂੰ ਲੁੱਕ ਦੇਣੀ ਹੈ, ਹਰ ਇੱਕ ਦੀ ਆਪੋ ਆਪਣੀ ਇਮੈਜੀਨੇਸ਼ਨ ਹੈ। ਆਹ ਕਿਹੜਾ ਹੈਗਾ? ਇਹ ਸਰ ਬੋਗਨਵਿਲੀਆ ਜੀ। ਬੋਗਨਵਿਲੀਆ, ਸੋ ਇਹ ਆਲਮੋਸਟ 8 ਸਾਲ ਪੁਰਾਣਾ ਬੋਗਨਵਿਲੀਆ ਜੀ। ਇਹ ਵੀ ਬਹੁਤ ਅੱਛਾ। ਤੇ ਅਗਲਾ ਹੈਗਾ, ਇਹ ਵੀ ਸਰ ਬੋਗਨਵਿਲੀਆ ਦਾ ਬੋਨਸਾਈ ਹੈ। ਸੋ ਇਹਦਾ ਰੂਟ ਸਿਸਟਮ ਜਿਹੜਾ ਆ, ਸਟੈਮ ਹੈ, ਇਹਦੀ ਉਮਰ ਦੱਸਦੀ ਹੈ। ਬਹੁਤ ਅੱਛਾ, ਬਹੁਤ ਅੱਛਾ। ਤੇ ਅਗਲਾ ਹੈਗਾ ਸਰ, ਇਹ ਵੀ ਬੋਨਸਾਈ ਦਾ ਪਲਾਂਟ ਹੈ। ਇਹ ਬੋਗਨਵਿਲੀਆ ਮੇਨਲੀ ਪੌਦਾ ਹੈ। ਸੋ ਇਹਦੇ ਵਿੱਚ ਜਦੋਂ ਫਲਾਵਰਿੰਗ ਆਉਂਦੀ ਹੈ ਤਾਂ ਇਹਦੇ ਤੋਂ ਸੋਹਣਾ ਬੋਨਸਾਈ ਕੋਈ ਵੀ ਨਹੀਂ ਹੈ। ਬਹੁਤ ਅੱਛਾ, ਬਹੁਤ ਵਧੀਆ। ਅਗਲਾ ਹੈਗਾ, ਇੱਥੇ ਇਸ ਪੌਦੇ ਨੂੰ ਦਿਖਾਉਂਦੇ ਆ, ਇੱਕ ਥੋੜ੍ਹੀ ਜਿਹੀ ਤਾਰੀਫ ਕਰਨੀ ਤੁਹਾਡੀ ਵੀ ਬਣਦੀ ਹੈ ਕਿ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਵਾਰ ਤੁਸੀਂ ਜਿਹੜਾ ਦੂਰਦਰਸ਼ਨ ਦੇ ਪ੍ਰੋਗਰਾਮ ਹੈ ਗੱਲਾਂ ਤੇ ਗੀਤ, ਉਹਦੇ ਵਿੱਚ ਇਨਵਾਈਟ ਕੀਤਾ ਸੀ। ਉਹਦੇ ਵਿੱਚ ਅਸੀਂ ਇਹ ਪੌਦਾ ਲੈ ਕੇ ਗਏ ਸੀ। ਮੈਨੂੰ ਯਾਦ ਆ ਗਿਆ। ਤੇ ਇਸ ਪੌਦੇ ਦੀ ਖਾਸ ਗੱਲ ਕੀ ਸੀ ਕਿ ਜਦੋਂ ਦੂਰਦਰਸ਼ਨ ਦੇ ਵਿੱਚ ਦਿਖਾਇਆ, ਉਸ ਤੋਂ ਬਾਅਦ ਘੱਟੋ ਘੱਟ 10 ਕਾਲਸ ਆਈਆਂ ਕਿ ਰੇਟ ਦੱਸੋ, ਅਸੀਂ ਪੌਦਾ ਖਰੀਦਣਾ। ਕਿਆ ਬਾਤ! ਤੁਸੀਂ ਤਾਂ ਮਾਸ ਲੈਵਲ ਤੇ ਬੋਨਸਾਈ ਦੀ ਪ੍ਰੋਡਕਸ਼ਨ ਕਰ ਸਕਦੇ ਹੋ, ਤੁਹਾਡਾ ਕਮਰਸ਼ੀਅਲੀ ਬਿਜ਼ਨਸ ਕਰ ਸਕਦੇ ਹੋ। ਬਹੁਤ ਅੱਛਾ। ਸੋ ਇਹ ਵੀ ਸੇਮ ਪੌਦਾ ਹੈ ਜਿਹੜਾ ਬੋਨਸਾਈ ਬਣਾਉਣਾ ਸ਼ੁਰੂ ਕੀਤਾ। ਸੋ ਇਹਦੀ ਹਜੇ ਕਟਿੰਗ ਵਗੈਰਾ ਚੱਲ ਰਹੀ ਹੈ। ਸੋ ਇਹਦੀ ਹਜੇ ਲੁੱਕ ਜਿਹੜੀ ਆ ਉਹ ਬਣਨੀ ਸ਼ੁਰੂ ਹੋਣੀ। ਨਹੀਂ, ਇਹ ਜਿਹੜੇ ਬੋਨਸਾਈ ਵੇਲੇ ਪਹਿਲਾਂ ਜਿਹੜੇ ਪੱਤੇ ਆ ਇਹ ਕੱਟਣੇ ਹੁੰਦੇ ਜਾਂ ਕਿਵੇਂ ਕਰਨਾ? ਪਹਿਲਾਂ ਤਾਂ ਇੱਕ ਹੈ ਕਿ ਅਸੀਂ ਇਹਨੂੰ ਲੁੱਕ ਦੇਣੀ ਆ ਓਲਡ। ਸੋ ਆਹ ਰੂਟਸ ਦੇਖੋ, ਇਹਨੂੰ ਓਲਡ ਲੁੱਕ ਦੇ ਰਹੀ ਹਾਂ।
ਹੁਣ ਸੈਕਿੰਡ ਜਿਹੜਾ ਮੇਰਾ ਕੰਮ ਬਣ ਜਾਂਦਾ ਉਹ ਬਣ ਜਾਂਦਾ ਕਿ ਆਹ ਜਿਹੜੇ ਪੱਤੇ ਨੇ ਇਹਨੂੰ ਦਰਖਤ ਦੀ ਲੁੱਕ ਚ ਲੈ ਕੇ ਆਵਾਂ। ਉਹਦੇ ਲਈ ਇਹ ਆ ਕਿ ਮੈਂ ਟਾਹਣੀਆਂ ਨੂੰ ਕੱਟਾਂਗਾ। ਸਪੋਜ਼ ਮੈਂ ਇਹਨੂੰ ਕੱਟਿਆ, ਹੁਣ ਮੈਂ ਇਹ ਦੇਖਿਆ ਕਿ ਇਹ ਪੱਤੇ ਦੇ ਕੋਲੋਂ ਨਵੀਂ ਟਾਹਣੀ ਨਿਕਲਣੀ ਹੈ, ਜੋ ਟਾਹਣੀ ਸਿੱਧੀ ਜਾਏਗੀ ਤਾਂ ਕਿੱਦਾਂ ਲੱਗੇਗੀ, ਟੇਢੀ ਜਾਏਗੀ ਤਾਂ ਕਿੱਦਾਂ ਲੱਗੇਗੀ। ਸੋ ਮੈਂ ਉਹਨੂੰ ਕੱਟਣਾ ਕਿੱਦਾਂ ਆਪਣੀ ਡਿਜ਼ਾਇਰਡ ਸ਼ੇਪ ਮੁਤਾਬਿਕ ਉਹਨੂੰ ਸ਼ਕਲ ਦੇਣ ਦੇ। ਸੋ ਇਸ ਤਰ੍ਹਾਂ ਮੇਨ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਧਿਆਨ ਰੱਖਣ ਵਾਲੀਆਂ ਉਹ ਇਹ ਕਿ ਜਿਹੜੀ ਸ਼ੈਲੋ ਟ੍ਰੇ ਅਸੀਂ ਯੂਜ਼ ਕਰਨੀ ਹੈ ਉਹਦੀ ਅਤੇ ਪੌਦੇ ਦੀ ਹਾਈਟ ਜਿਹੜੀ ਹੈ ਡਬਲ ਤੋਂ ਜਾਂ ਢਾਈ ਗੁਣਾ ਜ਼ਿਆਦਾ ਨਾ ਹੋਵੇ। ਜੇ ਉਹ ਢਾਈ ਗੁਣਾ ਤੋਂ ਜ਼ਿਆਦਾ ਜਾਂ ਡਬਲ ਤੋਂ ਜ਼ਿਆਦਾ ਹੋਏਗੀ ਤਾਂ ਉਹ ਬੋਨਸਾਈ ਟ੍ਰੇ ਦੇ ਵਿੱਚ ਲੱਗਿਆ ਸੋਹਣਾ ਨਹੀਂ ਲੱਗੇਗਾ। ਇੱਕ ਥੰਮ ਰੂਲ ਮੁਤਾਬਿਕ ਜਿੰਨਾ ਗਮਲੇ ਦਾ ਸਾਈਜ਼ ਹੈ ਉੱਥੋਂ ਅਗਰ ਡਬਲ ਪੌਦਾ ਹੈ ਤਾਂ ਉਹ ਸੋਹਣਾ ਲੱਗੇਗਾ। ਅਗਰ ਉਹ ਡੇਢ ਗੁਣਾ ਤੋਂ ਛੋਟਾ ਜਾਂ ਢਾਈ ਗੁਣਾ ਤੋਂ ਵੱਡਾ ਹੈ ਤਾਂ ਉਹ ਗਮਲੇ ਦੇ ਵਿੱਚ ਲੱਗਿਆ ਸੋਹਣਾ ਨਹੀਂ ਲੱਗੇਗਾ। ਚਲੋ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਜਾਂਦੇ ਜਾਂਦੇ ਗਾਈਡ ਕਰੋ ਜੇ ਕਿਸੇ ਨੇ ਘਰ ਦਾ ਸ਼ੌਕ ਹੈਗਾ ਕਿਵੇਂ ਕਰਨਾ। ਸਰ ਮੇਨਲੀ ਜਦੋਂ ਬੋਨਸਾਈ ਅਸੀਂ ਲਗਾਉਣਾ ਹੈ ਸਭ ਤੋਂ ਪਹਿਲਾਂ ਤਾਂ ਸਿਲੈਕਟ ਉਹ ਪੌਦਾ ਕਰੀਏ ਜਿਹੜਾ ਉਸ ਟ੍ਰੇ ਦੇ ਵਿੱਚ ਲੱਗਣ ਲਈ ਯੋਗ ਹੋਵੇ, ਕਿਉਂਕਿ ਅਸੀਂ ਸਿਲੈਕਟ ਉਹ ਕਰ ਲਏ ਜਿਨ੍ਹਾਂ ਦੇ ਪੱਤੇ ਬਹੁਤ ਜ਼ਿਆਦਾ ਵੱਡੇ ਨੇ ਤਾਂ ਉਹ ਲੁੱਕ ਨਹੀਂ ਦੇ ਪਾਣਗੇ। ਇੱਕ ਤਾਂ ਕੋਸ਼ਿਸ਼ ਇਹ ਕਰੀਏ ਕਿ ਉਹਨਾਂ ਦੇ ਪੱਤੇ ਜਿਹੜੇ ਆ ਉਹ ਛੋਟੇ ਹੋਣ, ਦੂਜਾ ਇਹ ਕੋਸ਼ਿਸ਼ ਕਰੀਏ ਕਿ ਉਹ ਛੇਤੀ ਜਿਹੜੀ ਹੈਗੀ ਆ ਰੂਟ ਸਿਸਟਮ ਟਾਹਣੀਆਂ ਤੋਂ ਨੀਚੇ ਸਿੱਟੇ, ਜਿਸ ਤਰ੍ਹਾਂ ਇਹਦੇ ਇਸ ਵਿੱਚ ਸਿੱਟਿਆ, ਕਿਉਂਕਿ ਜਿੰਨਾ ਇਹ ਰੂਟ ਸਿਸਟਮ ਸਿੱਟੇਗਾ ਉਨੀ ਜਿਹੜੀ ਹੈ ਓਲਡ ਲੁੱਕ ਆਏਗੀ। ਸੋ ਇਹ ਫਾਈਕਸ ਪਾਂਡਾ ਦਾ ਪੌਦਾ ਹੈ, ਇਹਦਾ ਬੋਨਸਾਈ ਬਣਾਉਣਾ ਬਹੁਤ ਈਜ਼ੀ ਹੈ ਅਤੇ ਬਹੁਤ ਸੌਖਾ ਹੈ, ਕਿਉਂਕਿ ਅਗਰ ਇਹਦੇ ਰੂਟ ਸਿਸਟਮ ਇੱਦਾਂ ਨਾ ਡਿੱਗਦਾ ਹੁੰਦਾ ਤਾਂ ਸ਼ਾਇਦ ਇਹਨੂੰ ਲੁੱਕ ਵੀ ਵਧੀਆ ਨਾ ਆਉਂਦੀ। ਸੋ ਉੱਦਾਂ ਦੇ ਪੌਦੇ ਸਿਲੈਕਟ ਕਰੀਏ। ਅਸੀਂ ਦੇਖ ਰਹੇ ਹਾਂ ਪੱਤੇ ਵੀ ਛੋਟੇ ਹੈ ਅਤੇ ਟਾਹਣੀਆਂ ਵੀ ਜਿਹੜੀਆਂ ਓਲਡ ਲੁੱਕ ਦੇ ਰਹੀਆਂ ਨੇ। ਸੋ ਇਹ ਜਸਟ 5 ਸਾਲਾਂ ਦੇ ਵਿੱਚ ਬਣਿਆ ਹੋਇਆ ਬੋਨਸਾਈ ਹੈ। ਇੱਕ ਉਹ ਨਰੰਗੀ ਸੀ ਤੁਸੀਂ ਦੇਖੀ 5 ਸਾਲ ਪੁਰਾਣੀ, ਜਿਹਦੇ ਵਿੱਚ ਇਹ ਰੂਟ ਸਿਸਟਮ ਨਹੀਂ ਆਇਆ ਤਾਂ ਉਹ ਇੰਨਾ ਪੁਰਾਣਾ ਨਹੀਂ ਲੱਗ ਰਹੀ, ਇਹਦੇ ਵਿੱਚ ਰੂਟ ਸਿਸਟਮ ਇਸ ਤਰ੍ਹਾਂ ਦਾ ਆਇਆ ਤਾਂ ਇਹ ਜ਼ਿਆਦਾ ਓਲਡ ਲੱਗ ਰਿਹਾ। ਅਤੇ ਹੋਰ ਧਿਆਨ ਰੱਖਣ ਵਾਲੀ ਗੱਲ ਹੈ ਜਿਹੜਾ ਇਹਦੇ ਵਿੱਚ ਅਸੀਂ ਮੀਡੀਆ ਸਿਲੈਕਟ ਕਰਨਾ, ਯਾਨੀ ਕਿ ਮਿੱਟੀ ਸਿਲੈਕਟ ਕਰਨੀ ਹੈ। ਉਹਦੇ ਵਿੱਚ ਇਹ ਹੈ ਕਿ ਜ਼ਿਆਦਾ ਇੱਕ ਤਾਂ ਮਿੱਟੀ ਜਿਹੜੀ ਹੈ ਉਹਦੇ ਵਿੱਚ ਮਿਕਸਚਰ ਤਿਆਰ ਕਰਦੇ ਹਾਂ ਅਸੀਂ, ਇੱਕ ਭਾਗ ਮਿੱਟੀ, ਇੱਕ ਭਾਗ ਰੇਤਾ, ਇੱਕ ਭਾਗ ਜਿਹੜਾ ਹੈਗਾ ਆ ਗਲੀ ਸੁੜੇ ਗੋਹੇ ਦੀ ਖਾਦ। ਔਰ ਇੱਕ ਧਿਆਨ ਇਹਦੇ ਵਿੱਚ ਇਹ ਵੀ ਰੱਖਣਾ ਕਿ ਜਿੱਦਾਂ ਅਸੀਂ ਗਮਲਿਆਂ ਦੇ ਵਿੱਚ ਫਰਟੀਲਾਈਜ਼ਰ ਦੇ ਦਿੰਦੇ ਹਾਂ, ਇਹਨਾਂ ਪੌਦਿਆਂ ਨੂੰ ਕਦੇ ਵੀ ਫਰਟੀਲਾਈਜ਼ਰ ਨਹੀਂ ਦੇਣਾ। ਅੱਛਾ ਅੱਛਾ। ਸੋ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਨਿਊਟ੍ਰੀਐਂਟ ਪਾ ਸਕਦੇ ਹਾਂ, ਜਿਹੜੇ ਸਲੋਅ ਰਿਲੀਜ਼ਿੰਗ ਨਿਊਟ੍ਰੀਐਂਟਸ ਆ ਉਹ ਪਾ ਸਕਦੇ ਹਾਂ, ਪਰ ਜਿਵੇਂ ਯੂਰੀਆ ਹੈ, ਡਾਇਆ ਹੈ, ਇੱਦਾਂ ਦੀਆਂ ਚੀਜ਼ਾਂ ਇਹਨਾਂ ਨੂੰ ਨਹੀਂ ਪਾਉਣੀਆਂ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਥੈਂਕ ਯੂ।